ਸੌਰੀ ਯਾਰ, ਬ੍ਰੇਕਡਾਊਨ ਹੋ ਰਿਹਾ ਸੀ ਮੈਨੂੰ ਬ੍ਰੋ। ਇੱਕ ਲੱਖ ਤੇ ਰੈਪਰ ਬਾਦਸ਼ਾਹ ਦੇ ਨਾਲ ਹੋਇਆ ਧੱਕਾ। ਪੁਲਿਸ ਨੇ ਅੱਧ ਵਿਚਾਲੇ ਜਾ ਕੇ ਰੋਕਿਆ ਸ਼ੋਅ ਨੂੰ। ਜਾਣੋ ਕੀ ਹੈ ਪੂਰਾ ਮਾਮਲਾ। ਬਾਲੀਵੁੱਡ ਤੇ ਬਾਲੀਵੁੱਡ ਦੇ ਪੋਪੂਲਰ ਰੈਪਰ ਬਾਦਸ਼ਾਹ ਇਨੀ ਦਿਨੀ ਖੂਬ ਸੁਰਖੀਆਂ ਬਟੋਰੇ ਹਨ। ਦੱਸਦੀਏ ਕਿ ਹਾਲ ਹੀ ਵਿੱਚ ਰੈਪਰ ਦੇ ਸ਼ੋਅ ਵਿੱਚ ਇੱਕ ਅਜਿਹੀ ਹੈਰਾਨੀਜਨਕ ਘਟਨਾ ਵਾਪਰੀ ਜਿਸਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਦਰਅਸਲ ਕਲਾਕਾਰ ਨੂੰ ਡੈਲਾਸ ਟੈਕਸਾਸ ਵਿੱਚ ਆਪਣਾ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਇਸੇ ਦੌਰਾਨ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ। ਰੈਪਰ ਬਾਦਸ਼ਾਹ ਨੇ ਕਿਹਾ, ਜੋ ਹੋਇਆ ਉਸ ਤੋਂ ਮੈਂ ਬੇਹੱਦ ਦੁਖੀ ਤੇ ਨਿਰਾਸ਼ ਹਾਂ। ਮੈਂ ਅਸਲ ਵਿੱਚ ਡੈਲਾਸ 'ਚ ਪਰਫਾਰਮ ਕਰਨ ਦੀ ਉਮੀਦ ਕਰ ਰਿਹਾ ਸੀ, ਪਰ ਉੱਥੋਂ ਦੇ ਲੋਕਲ ਪ੍ਰਮੋਟਰਸ ਅਤੇ ਪ੍ਰੋਡਕਸ਼ਨ ਕੰਪਨੀ ਵਿੱਚ ਅਸਹਿਮਤੀ ਦੇ ਕਾਰਨ ਮੈਨੂੰ ਆਪਣਾ ਸੈੱਟ ਛੋਟਾ ਕਰਨਾ ਪਿਆ ਅਤੇ ਸ਼ੋਅ ਨੂੰ ਅੱਧ ਵਿਚਕਾਰ ਦੇ ਵਿੱਚ ਹੀ ਬੰਦ ਕਰਨਾ ਪਿਆ। ਗਾਇਕ ਨੇ ਅੱਗੇ ਕਿਹਾ ਕਿ ਪ੍ਰਮੋਟਰਾਂ ਨੂੰ ਬਿਹਤਰ ਢੰਗ ਦੇ ਨਾਲ ਤਿਆਰ ਹੋਣ ਦੀ ਲੋੜ ਹੈ, ਖਾਸ ਕਰਕੇ ਵੱਡੇ ਫਾਰਮੈਟ ਸ਼ੋਅ ਲਈ। ਪਰਫਾਰਮਿੰਗ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਵੀ ਪਸੰਦ ਨਹੀਂ। ਇੱਕ ਵੱਡੇ ਪੈਮਾਨੇ ਦੇ ਦੌਰੇ ਨੂੰ ਇਕੱਠਾ ਕਰਨ ਲਈ ਬਹੁਤ ਜ਼ਿਆਦਾ ਐਨਰਜੀ, ਹਾਰਡ ਵਰਕ ਦੀ ਜ਼ਰੂਰਤ ਹੁੰਦੀ ਹੈ। ਬਾਦਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਹਨਾਂ ਦੇ ਪ੍ਰਸ਼ੰਸਕਾਂ ਲਈ ਬਿਲਕੁਲ ਵੀ ਠੀਕ ਨਹੀਂ ਹੈ ਜੋ ਟਿਕਟਾਂ ਖਰੀਦਣ ਲਈ ਆਪਣੀ ਮਿਹਨਤ ਦੀ ਕਮਾਈ ਖਰਚ ਕਰਦੇ ਹਨ। ਇਹ ਯਕੀਨੀ ਤੌਰ ਉੱਤੇ ਪੂਰੀ ਟੀਮ ਲਈ ਉਚਿਤ ਨਹੀਂ ਹੈ ਜੋ ਇਹਨਾਂ ਟੂਰਸ ਲਈ ਪੂਰੇ ਦਿਲ ਦੇ ਨਾਲ ਕੰਮ ਕਰਦੀ ਹੈ। ਦੱਸਦੇ ਕਿ ਸ਼ੋਅ ਵਿਚਾਲੇ ਹੀ ਬੰਦ ਕਰਨਾ ਪਿਆ। ਪਹਿਲਾਂ ਲਾਈਟਸ ਬੰਦ ਕਰ ਦਿੱਤੀ ਗਿਆ, ਫਿਰ ਉਸ ਤੋਂ ਬਾਅਦ ਪੁਲਿਸ ਆ ਗਈ ਤੇ ਅੱਧ ਵਿਚਾਲੇ ਹੀ ਪ੍ਰੋਗਰਾਮ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਸੀ। ਰੈਪਰ ਨੇ ਕਿਹਾ ਕਿ ਉਸਦੇ ਪ੍ਰਬੰਧਨ ਨੇ ਸਥਿਤੀ ਨੂੰ ਸੰਭਾਲਣ ਅਤੇ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸ਼ੋਅ ਚੁਆ ਚੱਲਦਾ ਰਹੇ। ਅਸੀਂ ਪ੍ਰਮੋਟਰ ਦੀ ਤਰਫੋਂ ਪ੍ਰਬੰਧਨ ਦੀ ਇਸ ਘਾਟ ਕਾਰਨ ਹੋਈ ਅਸੁਵਿਧਾ, ਨਿਰਾਸ਼ਾ ਅਤੇ ਪਰੇਸ਼ਾਨੀ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ। ਰੈਪਰ ਬਾਦਸ਼ਾਹ ਨੇ ਅੱਗੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਫਿਊਚਰ ਵਿੱਚ ਅਜਿਹੀਆਂ ਚੀਜ਼ਾਂ ਨਾ ਹੋਣ ਦੇ ਨਾਲ ਦੀ ਨਾਲ ਜੋ ਫੈਨਸ ਨੇ ਉਹਨਾਂ ਨੂੰ ਇੱਕ ਵਧੀਆ ਐਕਸਪੀਰੀਅੰਸ ਮਿਲੇ। ਤਾਂ ਦੱਸ ਦਈਏ ਕਿ ਬਾਦਸ਼ਾਹ ਨੇ ਆਪਣੇ ਫੈਨਸ ਨੂੰ ਵਾਪਸੀ ਦਾ ਵਾਅਦਾ ਕੀਤਾ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਕਹਿ ਕੇ ਗੱਲ ਖਤਮ ਕੀਤੀ ਕਿ ਮੈਂ ਵਾਪਸ ਆਉਣ ਦਾ ਵਾਅਦਾ ਕਰਦਾ ਹਾਂ ਅਤੇ ਯਕੀਨੀ ਤੌਰ ਉੱਤੇ ਵੱਡਾ, ਬਿਹਤਰ ਅਤੇ ਮਜ਼ਬੂਤ ਪਰਫਾਰਮੈਂਸ ਮੇਰੇ ਵੱਲੋਂ ਦਿੱਤੀ ਜਾਵੇਗੀ। ਹਮੇਸ਼ਾ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਤੁਹਾਨੂੰ ਦੱਸ ਦਈਏ ਕਿ ਪਾਗਲ ਟੂਰ ਅਤੇ ਤਹਿਤ ਬਾਦਸ਼ਾਹ ਨੇ ਵਾਸ਼ਿੰਗਟਨ DC ਅਤੇ ਹਿਊਸਟਨ ਵਰਗੇ ਅਮੈਰੀਕੀ ਸ਼ਹਿਰਾਂ ਵਿੱਚ ਪਰਫਾਰਮ ਕੀਤਾ, ਪਰ ਇਸ ਦੌਰਾਨ ਜਦੋਂ ਉਹਨਾਂ ਦਾ ਇਹ ਸ਼ੋਅ ਹੋਇਆ ਸੀ ਜਿਸ ਦੇ ਵਿੱਚ ਪੁਲਿਸ ਪਹੁੰਚਦੀ ਹੈ ਅਤੇ ਬਾਦਸ਼ਾਹ ਨੂੰ ਕਾਫ਼ੀ ਜ਼ਿਆਦਾ ਬੁਰਾ ਲੱਗਦਾ ਹੈ ਅਤੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਨੂੰ ਮੁਆਫ਼ੀ ਮੰਗੀ ਜਾਂਦੀ ਹੈ।